ਨੰਮੇ ਅੱਪੇ ਦੀ ਲਾਸ਼ ਤੇ ਹਰ ਬੰਦਾ ਰੋਇਆ ਸਵਾਏ ਤੇਰੇ ਤੋਂ ਤੇਰਾ ਇੰਨਾ ਸਖਤ ਦਿਲ ਯਾਰ ਤੇਰੀ ਅੱਖ 'ਚ ਜ਼ਰਾ ਪਾਣੀ ਨਹੀਂ ਆਇਆ ਅਫਸੋਸ ਹੋਇਆ ਯਾਰ ਤੇਰੇ ਮਰ ਜਾਣਾ ਅੱਜ ਸਾਡਾ ਕੋ ਭਾਜੀ ਯਾਰ ਕੀ ਹੋ ਗਿਆ ਤੈਨੂੰ ਯਾਰ ਨਾਲੇ ਉਹਨੇ ਮੇਰੇ ਵਾਸਤੇ ਕੀਤਾ ਕੀ ਹੈ ਜਿਹੜਾ ਮੈਂ ਅੱਛਾ ਤੂੰ ਫੱਟੀ ਨਾ ਤੈਨੂੰ ਅੱਪੇ ਦੇ ਜਨਾਜ਼ੇ ਤੇ ਵੀ ਇਹੋ ਜਿਹੀਆਂ ਗੱਲਾਂ ਸੋਚਣ ਰਹੀਆਂ ਉਹ ਸ਼ੁਕਰ ਕਰ ਬੂਟੇ ਮੈਂ ਅੱਪੇ ਦੇ ਜਨਾਜ਼ੇ ਨੂੰ ਮੋਢਾ ਦੇ ਦਿੱਤਾ ਮੈਂ ਤੇ ਸਾਰੀ ਜ਼ਿੰਦਗੀ ਕਿਸੇ ਨੇ ਜਨਾਜ਼ੇ ਤੇ ਨਹੀਂ ਗਿਆ ਇੱਥੇ ਵੀ ਨਹੀਂ ਸੀ ਆਉਣਾ ਤੇਰਾ ਕਰਕੇ ਆਇਆ ਮੈਂ ਤੇ ਹੁਣ ਚੱਲ ਜਾ ਛੱਡਾਂ ਫਿਰ ਛੱਡ ਦੇ ਜਾ ਮੈਂ ਛੱਡ ਵੀ ਦੇਣਾ ਹੀ ਤੂੰ ਮੇਰੇ ਸਿਰ ਤੇ ਸਵਾਰ ਨਾ ਕਰ ਲੈ ਸਬੂਤ ਮੈਂ ਛੱਡਣ ਲੱਗਾ ਹੀ ਛੱਡ ਦੇ ਮੈਂ ਖੱਲਾ ਹੀ ਅੱਪੇ ਨੂੰ ਲੈ ਜਰੋ ਓਏ ਆਪਣੇ ਮਰਨ ਵਾਲੇ ਪਿਓ ਦੀ ਨਸੀਹਤ ਸੁਣ ਲੋ ਕਾਕਿਓ ਤੁਹਾਡਾ ਪਿਓ ਮਰਨ ਤੋਂ ਪਹਿਲੇ ਇੱਕ ਵਸੀਅਤ ਕਰ ਗਿਆ ਸੀ ਕਿ ਮੇਰੇ ਤੋਂ ਬਾਅਦ ਧਾਗੇ ਵਾਲੀ ਫੈਕਟਰੀ ਮੇਰੇ ਦੋਵੇਂ ਪੁੱਤਰਾਂ ਦੀ ਹੋਏਗੀ ਤੇ ਇਸ ਫੈਕਟਰੀ ਨੂੰ ਮੇਰੇ ਦੋਵੇਂ ਪੁੱਤਰ ਨੰਮਾ ਤੇ ਬੂਟਾ ਰਲ ਕੇ ਚਲਾਉਣ ਤੇ ਮੁਨਾਫਾ ਅੱਧਾ ਅੱਧਾ ਕਰਦੇ ਰਹਿਣ ਠੀਕ ਆ ਵੈਰੀ ਗੁੱਡ ਚਲੋ ਫੈਕਟਰੀ ਵੇਚ ਕੇ ਤੇ ਕੋ ਹੱਥ ਸਿੱਧਾ ਕਰੀ ਆਪਣਾ ਮੇਰੇ ਨੂੰ ਹਾਲੇ 2 ਦਿਨ ਨਹੀਂ ਹੋਏ ਤੇ ਤੈਨੂੰ ਫੈਕਟਰੀ ਵੇਚਣ ਦੀ ਵੀ ਪੈ ਗਈ ਹੈ ਓਏ ਅੱਗੇ ਅੱਬੇ ਨੇ ਇਸ ਫੈਕਟਰੀ ਜੋ ਇੰਨਾ ਘਾਟਾ ਖਾਦਾ ਜੇ ਹੋਰ ਪੈਸੇ ਘਟ ਗਏ ਤੇ ਫੇਰ ਜਦੋਂ ਤੇਰੀ ਪਹਿਲੀ ਨੀਅਤ ਇਦਾਂ ਦੀ ਹੈ ਤੇ ਫਿਰ ਪੈਸੇ ਹੀ ਘਟਣੇ ਆ ਹੂੰ ਉਹ ਪੈਸੇ ਘਟਣ ਲੱਗੇ ਕੋ ਪਤਾ ਲੱਗਦਾ ਕਿਉਂ ਜੀ ਓਏ 1 ਮਿੰਟ ਠਹਿਰ ਜੋ ਆ ਤੁਹਾਡਾ ਪਿਓ ਤੁਹਾਡੇ ਵਾਸਤੇ ਕੁਝ ਹੋਰ ਵੀ ਛੱਡ ਗਿਆ ਐ ਵੀ ਲੈ ਲਓ ਬੜਾ ਵੱਡਾ ਅੰਡਾ ਜੇ ਹਲੋ ਫਸ ਗਏ ਹੁਣ ਤੁਸੀਂ ਇਸ ਕਿਤਾਬ ਵਿੱਚ ਹਰ ਉਸ ਬੰਦੇ ਦਾ ਨਾਂ ਲਿਖਿਆ ਹੈ ਜਿਹਦੇ ਤੁਸੀਂ ਪੈਸੇ ਦੇਣੇ ਨੇ ਲਓ ਕਰ ਲੋ ਗੱਲ ਵੀ ਵਸੀਅਤ ਦੇ ਵਿੱਚ ਇਹਨਾਂ ਚਮਚੀਆਂ ਦਾ ਕੀ ਕੰਮ ਸੀ ਚਮਚੀਆਂ ਆਏ ਮੇਰੇ ਅੱਬੇ ਦੀਆਂ ਚਮਚੀਆਂ ਆਏ ਮੇਰਾ ਅੱਬਾ ਮਰ ਗਿਆ ਆਏ ਮੇਰੇ ਅੱਬੇ ਦੀਆਂ ਚਮਚੀਆਂ ਓਏ ਮੇਰੇ ਮੌਲਾ ਐਡਾ ਵੱਡਾ ਆਂਡਾ ਓਏ ਬੂਟੇ ਵੇ ਹੋਏ ਓਏ ਬੁਝੀ ਨਿਸ਼ਾਨੀ ਵੇ ਹੋਏ ਆਪਾਂ ਦੋਵੇਂ ਸਵੇਰੇ ਨਾਸ਼ਤਾ ਕਰਿਆ ਕਰਾਂਗੇ ਫੜ ਸੰਭਾਲ ਲਾ ਮੈਨੂੰ ਫੜਾ ਦੇ ਤੇ ਦਫਾ ਹੋ ਜਾ ਇਥੋਂ ਓ ਭਾਜੀ ਕੋ ਸਵਾਦ ਦੀ ਸ਼ੈ ਹੈਗੀ ਤੇ ਦੱਸੋ ਸਾਨੂੰ ਕੀ ਭਾਂਡੇ ਭੁੰਡੇ ਦੇ ਕੇ ਫਾਰ ਕਰਨ ਦੇ ਜੇ ਆ ਇੱਕ ਕੋਠੀ ਵੀ ਹੈਗੀ ਜੇ ਵਾਹ ਵਾਹੀ ਮਹਿੰਗੀ ਲੱਗਦੀ ਹੈ ਮੈਨੂੰ ਤੇ ਉਹ ਤੁਹਾਡੇ ਨੇ ਬੈਂਕ ਕੋਲੋਂ ਕਰਜ਼ਾ ਲਿਆ ਸੀ ਆ ਕੋਠੀ ਗਿਰਵੀ ਰਹਾ ਕੇ
ਕੋਠੀ ਤਾਂ ਬੜੀ ਸ਼ਾਨਦਾਰ ਨਜ਼ਰ ਆ ਰਹੀ ਹੈ, ਪਤਾ ਨਹੀਂ ਕੱਟੇ ਮਿੱਟੀ ਨਾ ਹੋਣੇ ਦਾ ਕੀ ਹਾਲ ਹੋਇਆ ਹੋਣਾ। ਉਰੇ ਬਣਾਓ ਚਾਚਾ ਜੀ। ਮੈਂ ਤੇ ਕਹਿੰਦਾ ਇਧਰ ਉਧਰ ਧੱਕੇ ਖਾਣ ਨਾਲੋਂ ਸਕੂਨ ਦੇ ਨਾਲ ਇਹਦੇ ਚ ਰਵੋ। ਠੀਕ ਆ, ਪਰ ਇਹਦਾ ਰੇਟ ਕੀ ਆ? 80 ਲੱਖ। ਓਏ ਐਵੇਂ ਹੀ ਬਹੁਤਾ ਖੁਸ਼ ਨਾ ਹੋ, ਚੱਲ ਚੀਜ਼ਾਂ ਜੋ ਕਪੜੀਆਂ ਚੱਲੀਏ। ਤੂੰ ਸ਼ੁਕਰੀਆ ਜੀ, ਅੱਬਾ ਜੀ ਬੜੀ ਮਿਹਰਬਾਨੀ ਤੁਹਾਡੀ। ਆਜਾ ਓਏ, ਹੈਲੋ ਓਏ ਅੱਬਾ ਜੀ ਦੀਆਂ ਬਾਕੀ ਚੀਜ਼ਾਂ ਤਾਂ ਬਹੁਤ ਅੱਛੇ, ਕੁੱਟ ਖਾਣ ਬਾਬੇ ਕੋ। ਜਨਾਬ ਹਮਾਰੇ ਹੋਟਲ ਮੇ ਕਭੀ ਹਮ ਹੋਟਲ ਕੋ ਕਭੀ ਉਨਕੋ ਦੇਖਤੇ ਹੈ। ਔਰ ਚੌਰੀ ਸਾਹਿਬ ਇਧਰ ਆ ਕੇ ਬੁਲਾਓ ਮੇਰੇ ਨਾਲ, ਮੇਰਾ ਨਾਮ ਹੈ ਜਨਾਬ ਨਮਾ ਚੌਧਰੀ। ਆਜੋ, ਮੈਂ ਤੁਹਾਡੇ ਵਾਸਤੇ ਸਪੈਸ਼ਲ ਟੇਬਲ ਦਾ ਇੰਤਜ਼ਾਮ ਕੀਤਾ। ਆਓ ਬੈਠੋ, ਤੁਸੀਂ ਇਧਰ ਆਓ ਜਨਾਬ, ਇੱਥੇ ਬੈਠੋ ਤੁਸੀਂ। ਚੌਰੀ ਸਾਹਿਬ ਮੈਨੂੰ ਪਤਾ ਤੁਸੀਂ ਬੜੀ ਦੂਰੋਂ ਅਜੇ, ਤੁਹਾਨੂੰ ਭੁੱਖ ਜ਼ਰੂਰ ਲੱਗੀ ਹੋਣੀ ਲੱਗੀ ਹੈ ਨਾ। ਆਏ ਤੁਹਾਡੇ ਹੱਥ ਜਨਾਬ ਕਰੇਲਿਆਂ ਦੇ ਵਿੱਚ ਗੋਸ਼ਤ ਪਾ ਬੈਠਾ। ਲੈ ਵੀ ਸਾਰਾ ਕੁਛ ਤਿਆਰ ਆ, ਪਹਿਲੇ ਮੈਂ ਆਪ ਚੱਖੂਗਾ। ਬਾਕੀ ਤੇ ਹਰ ਸ਼ਾਇ ਠੀਕ ਆ, ਘਿਓ ਥੋੜਾ ਘੱਟ ਲੱਗਦਾ ਮੈਨੂੰ। ਇਸ ਕਿਸਮ ਦਾ ਖਾਣਾ ਬਣਾ ਦਿੱਤਾ ਅੱਜ ਮੈਂ ਕਿ ਚੌਧਰੀ ਖਾ ਕੇ ਤੇ ਹੋ ਜੂਗਾ ਪਾਗਲ। 25 ਸਾਲ ਨੌਕਰੀ ਕੀਤੀ ਮੈਂ ਡਰਾਈਵਰ ਹੋਟਲ ਤੇ, ਜਾ ਕੇ ਮੇਰੇ ਹਿਸਾਬ ਕਰੋ। ਇਹ ਮੈਂ ਹੁਣੇ ਤਿਆਰ ਕਰਕੇ ਫਟਾਫਟ ਲੈ ਕੇ ਆਇਆ। ਲਓ ਜੀ ਜਨਾਬ, ਰੱਜ ਕੇ ਖਾਓ। ਮੈਂ ਜ਼ਰਾ ਚੌਰੀ ਸਾਹਿਬ ਨੂੰ ਵੀ ਕਰੇਲੇ ਦੇ ਲਵਾਂ, ਇਹਨਾਂ ਨੂੰ ਵੀ ਵਾਹਵਾ ਹੀ ਭੁੱਖ ਲੱਗੀ ਲੱਗਦਾ। ਮਿਹਰਬਾਨੀ, ਖਾਓ, ਸ਼ੁਰੂ ਕਰੋ ਬੱਚਿਓ, ਮਿਹਰਬਾਨੀ। ਆਓ ਜਨਾਬ, ਰੋਟੀ ਖਵਾ ਕੇ ਤੂੰ ਕੀ ਮਹਿਸੂਸ ਕਰਦਾ ਪਿਆ ਨਮੇ? ਸਹੀ ਪੁੱਛੋ ਤੇ ਬਹੁਤ ਹੀ ਅੱਛਾ, ਮੈਂ ਬੜਾ ਖੁਸ਼ ਹਾਂ ਕਿ ਮੇਰੇ ਘਰ। ਇਹ ਚੋਰੀ ਸਾਹਿਬ ਆਪ ਖਾ ਕੇ ਦੱਸਣਗੇ ਕਿ ਖਾਣਾ ਕੈਸਾ ਸੀ। ਆਏ ਹਾਏ ਨੀ ਪੁੱਤੀ, ਇੱਧਰ ਵੇਖ, ਆ ਵੇਖ ਕਿੱਡਾ ਵੱਡਾ ਬਗੋਈ। ਦੇਖੋ ਕੀ ਹੋਇਆ ਜੀ, ਇਹਦਾ ਸਿਰ ਤੇ ਅੱਬੂ ਨੇ ਖਾ ਲਿਆ। ਓਏ ਚੱਲੇ, ਆਏ ਚੋਰੀ ਸਾਹਿਬ ਕੀ ਹੋਇਆ ਤੁਹਾਨੂੰ, ਕੀ ਕਰ ਰਹੇ ਹੋ ਬੂੜੇ ਯਾਰ? ਛੋੜ ਇਸ ਫੈਕਟਰੀ ਨੂੰ, ਤੇਰੇ ਕਹਿ ਕੰਮ ਦੀ ਨਹੀਂ। ਇਹ ਫੈਕਟਰੀ ਬਹੁਤ ਪੁਰਾਣੀ ਥੀ ਗਈ ਹੈ ਤੇ ਇਸ ਦੀਆਂ ਮਸ਼ੀਨਾਂ ਕਬਾੜਾ ਹਨ। ਨਾਲੇ ਮੈਨੂੰ ਇਹ ਦੱਸਾ ਕਿ ਇਸ ਦਾ ਧਾਗਾ ਮਾਰਕੀਟ ਵਿੱਚ ਖਿੰਚੀ ਕੌਣ? ਇਹ ਤਾਂ ਗਰੀ ਸਹੀ ਹੈਗਾ ਭਾਜੀ, ਤੁਸੀਂ ਆਓ ਦੇਖੋ। ਓਕੇ ਸ਼ਹਿ ਕਾਕਾ, ਇਹ ਕੰਮ ਛੱਡ ਦਿਓ, ਤੁਹਾਡੇ ਕੋਲੇ ਕੰਮ